ਮੇਰੇ ਸਿਰ ਤੇ ਚੜਿਆ ਤੇਰਾ ਜੀ। ਸਾਡੇ ਸਕੂਲ ਦੇ ਬੱਚਿਆਂ ਦੀਆਂ ਪ੍ਰਾਪਤੀਆਂ ਨੇ, ਸਾਡੇ ਸਕੂਲ ਦੇ ਬੱਚੇ ਭੱਜਣ ਵਿੱਚ ਹਮੇਸ਼ਾ ਅੱਵਲ ਆਉਂਦੇ ਨੇ। ਕਦੇ ਕੋਈ ਸਕੂਲ ਚੋਂ ਮੈਡਮ ਨਹੀਂ ਭੱਜੀ ਸੀ? ਹਾਂਜੀ। ਸਤਿ ਸ਼੍ਰੀ ਅਕਾਲ, ਮੈਂ ਸੋਫੀਆ ਸਿੰਘ, ਤੁਸੀਂ ਦੇਖ ਰਹੇ ਹੋ ਫਿਲਮੀ ਜੰਕਸ਼ਨ, ਅਤੇ ਅੱਜ ਅਸੀਂ ਪਹੁੰਚੇ ਹਾਂ ਪਿਕਾਰਲੀ ਸੈਕਟਰ 34, ਜਿੱਥੇ ਕਿ ਸਿਨੇਮਾ ਘਰਾਂ ਵਿੱਚ ਬੀਨੂ ਢਿੱਲੋਂ ਸਟਾਰ ਫਿਲਮ ਜਿਉਂਦੇ ਰਹੋ ਪੂਜੀ ਰਿਲੀਜ਼ ਹੋਈ ਹੈ, ਅਤੇ ਹੁਣ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਫਿਲਮ ਕਿਵੇਂ ਦੇ ਲੱਗੀ ਅਤੇ ਉਹਨਾਂ ਨੇ ਇਸ ਫਿਲਮ ਨੂੰ ਕਿੰਨਾ ਕੁ ਪਸੰਦ ਕੀਤਾ। ਹਾਂਜੀ ਮੈਮ, ਬਹੁਤ ਵਧੀਆ ਸੀ ਸਰ। ਜਿਵੇਂ ਹੁਣ ਆਪਾਂ ਦੇਖਦੇ ਟਾਈਟਲ ਕਿੰਨਾ ਯੂਨੀਕ ਜਿਹਾ ਸੀ, ਅਤੇ ਫਿਰ ਹੁਣ ਫਿਲਮ ਵੀ ਉਵੇਂ ਹੀ ਆ। ਓਕੇ ਆ, ਬਿਲਕੁਲ ਓਕੇ ਆ। ਜਿਵੇਂ ਹੁਣ ਭੂਤ ਦੀਆਂ ਕਿੰਨੀਆਂ ਫਿਲਮਾਂ ਆ ਗਈਆਂ ਪੰਜਾਬੀ 'ਚ, ਹੈ ਨਾ, ਅਤੇ ਇਹ 'ਚ ਕੀ ਯੂਨੀਕ ਸੀ? ਯੂਨੀਕ ਇਹ ਸੀ, ਬਸ ਥੋੜ੍ਹੀ ਕੋਮੇਡੀ ਸੀ ਭੂਤ ਦੇ ਨਾਲ ਨਾਲ, ਬਸ ਬਾਕੀ। ਤੁਹਾਨੂੰ ਕਿਵੇਂ ਲੱਗੀ ਮੈਮ ਮੂਵੀ? ਵਧੀਆ ਸੀ। ਕਿਵੇਂ ਲੱਗੀ ਮੂਵੀ? ਬਹੁਤ ਵਧੀਆ ਸੀ। ਕਿੰਨੀ ਰੇਟਿੰਗ ਦੇਣਾ ਚਾਹੋਗੇ? 5/10 ਜਾਂ ਕਿਵੇਂ ਦੀ ਲੱਗੀ ਮੈਮ ਮੂਵੀ? ਵਧੀਆ ਸੀ। ਇਹਦੇ ਫਿਲਮ 'ਚ ਕਿਵੇਂ ਸੀ? ਅੱਛੀ ਸੀ। ਅੱਛੀ, ਕਿੰਨੀ ਤੁਸੀਂ ਰੇਟਿੰਗ ਕਿੰਨੀ ਕਰੋਗੇ? ਆਊਟ ਆਫ 10 10। ਐਕਟਿੰਗ ਕਿਵੇਂ ਦੀ ਲੱਗੀ ਬਿਨੂ ਢਿੱਲੋਂ ਦੀ? ਜਿਵੇਂ ਕਿ ਤੁਸੀਂ ਦੇਖਿਆ ਸੀ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਦੱਸਿਆ ਉਹਨਾਂ ਨੂੰ ਇਹ ਫਿਲਮ ਕਿੰਨੀ ਕੁ ਜ਼ਿਆਦਾ ਪਸੰਦ ਆਈ, ਅਤੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ। ਮੈਂ ਸੋਫੀਆ ਸਿੰਘ, ਕੈਮਰਾਮੈਨ ਸੁਨੀਲ ਦੇ ਨਾਲ। ਮੇਰੇ ਸਿਰ ਤੇ ਚੜਿਆ ਤੇਰਾ ਤੇਰਾ। ਸਾਡੇ ਸਕੂਲ ਦੇ ਬੱਚਿਆਂ ਦੀਆਂ ਪ੍ਰਾਪਤੀਆਂ ਨੇ, ਸਾਡੇ ਸਕੂਲ ਦੇ ਬੱਚੇ ਭੱਜਣ ਵਿੱਚ ਹਮੇਸ਼ਾ ਅੱਵਲ ਆਉਂਦੇ ਨੇ। ਕਦੇ ਕੋਈ ਸਕੂਲ ਚੋਂ ਮੈਡਮ ਨਹੀਂ ਭੱਜੀ ਸੀ? ਹਾਂਜੀ। ਸਤਿ ਸ਼੍ਰੀ ਅਕਾਲ, ਮੈਂ ਸੋਫੀਆ ਸਿੰਘ, ਤੁਸੀਂ ਦੇਖ ਰਹੇ ਹੋ ਫਿਲਮੀ ਜੰਕਸ਼ਨ, ਅਤੇ ਅੱਜ ਅਸੀਂ ਪਹੁੰਚੇ ਹਾਂ ਪਿਕਾਰਲੀ ਸੈਕਟਰ 34, ਜਿੱਥੇ ਕਿ ਸਿਨੇਮਾ ਘਰਾਂ ਵਿੱਚ ਬੀਨੂ ਢਿੱਲੋਂ ਸਟਾਰ ਫਿਲਮ ਜਿਉਂਦੇ ਰਹੋ ਪੂਜੀ ਰਿਲੀਜ਼ ਹੋਈ ਹੈ, ਅਤੇ ਹੁਣ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਫਿਲਮ ਕਿਵੇਂ ਦੇ ਲੱਗੀ ਅਤੇ ਉਹਨਾਂ ਨੇ ਇਸ ਫਿਲਮ ਨੂੰ ਕਿੰਨਾ ਕੁ ਪਸੰਦ ਕੀਤਾ। ਹਾਂਜੀ ਮੈਮ, ਬਹੁਤ ਵਧੀਆ ਸੀ ਸਰ। ਜਿਵੇਂ ਹੁਣ ਆਪਾਂ ਦੇਖਦੇ ਟਾਈਟਲ ਕਿੰਨਾ ਯੂਨੀਕ ਜਿਹਾ ਸੀ, ਅਤੇ ਫਿਰ ਹੁਣ ਫਿਲਮ ਵੀ ਉਵੇਂ ਹੀ ਆ। ਓਕੇ ਆ, ਬਿਲਕੁਲ ਓਕੇ ਆ। ਜਿਵੇਂ ਹੁਣ ਭੂਤ ਦੀਆਂ ਕਿੰਨੀਆਂ ਫਿਲਮਾਂ ਆ ਗਈਆਂ ਪੰਜਾਬੀ 'ਚ, ਹੈ ਨਾ, ਅਤੇ ਇਹ 'ਚ ਕੀ ਯੂਨੀਕ ਸੀ? ਯੂਨੀਕ ਇਹ ਸੀ, ਬਸ ਥੋੜ੍ਹੀ ਕੋਮੇਡੀ ਸੀ ਭੂਤ ਦੇ ਨਾਲ ਨਾਲ, ਬਸ ਬਾਕੀ। ਤੁਹਾਨੂੰ ਕਿਵੇਂ ਲੱਗੀ ਮੈਮ ਮੂਵੀ? ਵਧੀਆ ਸੀ। ਕਿਵੇਂ ਲੱਗੀ ਮੂਵੀ? ਬਹੁਤ ਵਧੀਆ ਸੀ। ਕਿੰਨੀ ਰੇਟਿੰਗ ਦੇਣਾ ਚਾਹੋਗੇ? 5/10 ਜਾਂ ਕਿਵੇਂ ਦੀ ਲੱਗੀ ਮੈਮ ਮੂਵੀ? ਵਧੀਆ ਸੀ। ਇਹਦੇ ਫਿਲਮ 'ਚ ਕਿਵੇਂ ਸੀ? ਅੱਛੀ ਸੀ। ਅੱਛੀ, ਕਿੰਨੀ ਤੁਸੀਂ ਰੇਟਿੰਗ ਕਿੰਨੀ ਕਰੋਗੇ? ਆਊਟ ਆਫ 10 10। ਐਕਟਿੰਗ ਕਿਵੇਂ ਦੀ ਲੱਗੀ ਬਿਨੂ ਢਿੱਲੋਂ ਦੀ? ਜਿਵੇਂ ਕਿ ਤੁਸੀਂ ਦੇਖਿਆ ਸੀ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਦੱਸਿਆ ਉਹਨਾਂ ਨੂੰ ਇਹ ਫਿਲਮ ਕਿੰਨੀ ਕੁ ਜ਼ਿਆਦਾ ਪਸੰਦ ਆਈ, ਅਤੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ। ਮੈਂ ਸੋਫੀਆ ਸਿੰਘ, ਕੈਮਰਾਮੈਨ ਸੁਨੀਲ ਦੇ ਨਾਲ। ਮੇਰੇ ਸਿਰ ਤੇ ਚੜਿਆ ਤੇਰਾ ਤੇਰਾ। ਸਾਡੇ ਸਕੂਲ ਦੇ ਬੱਚਿਆਂ ਦੀਆਂ ਪ੍ਰਾਪਤੀਆਂ ਨੇ, ਸਾਡੇ ਸਕੂਲ ਦੇ ਬੱਚੇ ਭੱਜਣ ਵਿੱਚ ਹਮੇਸ਼ਾ ਅੱਵਲ ਆਉਂਦੇ ਨੇ। ਕਦੇ ਕੋਈ ਸਕੂਲ ਚੋਂ ਮੈਡਮ ਨਹੀਂ ਭੱਜੀ ਸੀ? ਹਾਂਜੀ। ਸਤਿ ਸ਼੍ਰੀ ਅਕਾਲ, ਮੈਂ ਸੋਫੀਆ ਸਿੰਘ, ਤੁਸੀਂ ਦੇਖ ਰਹੇ ਹੋ ਫਿਲਮੀ ਜੰਕਸ਼ਨ, ਅਤੇ ਅੱਜ ਅਸੀਂ ਪਹੁੰਚੇ ਹਾਂ ਪਿਕਾਰਲੀ ਸੈਕਟਰ 34, ਜਿੱਥੇ ਕਿ ਸਿਨੇਮਾ ਘਰਾਂ ਵਿੱਚ ਬੀਨੂ ਢਿੱਲੋਂ ਸਟਾਰ ਫਿਲਮ ਜਿਉਂਦੇ ਰਹੋ ਪੂਜੀ ਰਿਲੀਜ਼ ਹੋਈ ਹੈ, ਅਤੇ ਹੁਣ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਫਿਲਮ ਕਿਵੇਂ ਦੀ ਲੱਗੀ ਅਤੇ ਉਹਨਾਂ ਨੇ ਇਸ ਫਿਲਮ ਨੂੰ ਕਿੰਨਾ ਕੁ ਪਸੰਦ ਕੀਤਾ। ਹਾਂਜੀ ਮੈਮ, ਬਹੁਤ ਵਧੀਆ ਸੀ ਸਰ। ਜਿਵੇਂ ਹੁਣ ਆਪਾਂ ਦੇਖਦੇ ਟਾਈਟਲ ਕਿੰਨਾ ਯੂਨੀਕ ਜਿਹਾ ਸੀ, ਅਤੇ ਫਿਰ ਹੁਣ ਫਿਲਮ ਵੀ ਉਵੇਂ ਹੀ ਆ। ਓਕੇ ਆ, ਬਿਲਕੁਲ ਓਕੇ ਆ। ਜਿਵੇਂ ਹੁਣ ਭੂਤ ਦੀਆਂ ਕਿੰਨੀਆਂ ਫਿਲਮਾਂ ਆ ਗਈਆਂ ਪੰਜਾਬੀ 'ਚ, ਹੈ ਨਾ, ਅਤੇ ਇਹ 'ਚ ਕੀ ਯੂਨੀਕ ਸੀ? ਯੂਨੀਕ ਇਹ ਸੀ, ਬਸ ਥੋੜ੍ਹੀ ਕੋਮੇਡੀ ਸੀ ਭੂਤ ਦੇ ਨਾਲ ਨਾਲ, ਬਸ ਬਾਕੀ। ਤੁਹਾਨੂੰ ਕਿਵੇਂ ਲੱਗੀ ਮੈਮ ਮੂਵੀ? ਵਧੀਆ ਸੀ। ਕਿਵੇਂ ਲੱਗੀ ਮੂਵੀ? ਬਹੁਤ ਵਧੀਆ ਸੀ। ਕਿੰਨੀ ਰੇਟਿੰਗ ਦੇਣਾ ਚਾਹੋਗੇ? 5/10 ਜਾਂ ਕਿਵੇਂ ਦੀ ਲੱਗੀ ਮੈਮ ਮੂਵੀ? ਵਧੀਆ ਸੀ। ਇਹਦੇ ਫਿਲਮ 'ਚ ਕਿਵੇਂ ਸੀ? ਅੱਛੀ ਸੀ। ਅੱਛੀ, ਕਿੰਨੀ ਤੁਸੀਂ ਰੇਟਿੰਗ ਕਿੰਨੀ ਕਰੋਗੇ? ਆਊਟ ਆਫ 10 10। ਐਕਟਿੰਗ ਕਿਵੇਂ ਦੀ ਲੱਗੀ ਬਿਨੂ ਢਿੱਲੋਂ ਦੀ? ਜਿਵੇਂ ਕਿ ਤੁਸੀਂ ਦੇਖਿਆ ਸੀ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਦੱਸਿਆ ਉਹਨਾਂ ਨੂੰ ਇਹ ਫਿਲਮ ਕਿੰਨੀ ਕੁ ਜ਼ਿਆਦਾ ਪਸੰਦ ਆਈ, ਅਤੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ। ਮੈਂ ਸੋਫੀਆ ਸਿੰਘ, ਕੈਮਰਾਮੈਨ ਸੁਨੀਲ ਦੇ ਨਾਲ।